ਇੱਕ ਪ੍ਰੈਸ ਮੀਡੀਆ ਦੇ ਮਾਧਿਅਮ ਦੇ ਨਾਲ ਸਾਨੂੰ ਪਤਾ ਲੱਗਿਆ ਸੀ ਕਿ ਕੋਈ ਉੱਥੇ ਬਾਂਸਲ ਸ਼ਾਹੀ ਬਾਂਸਲ ਇੱਥੇ ਰਸੋਈ ਹੈ ਦਰਬਾਰ ਸਾਹਿਬ ਦੇ ਲਾਗੇ, ਉੱਥੇ ਕੋਈ ਸਬਜ਼ੀ ਨੂੰ ਲੈ ਕੇ ਕੋਈ ਇਸ਼ੂ ਕ੍ਰੀਏਟ ਹੋਇਆ ਸੀ ਕਿ ਕੋਈ ਸਬਜ਼ੀ ਜਿਹੜੀ ਸੀ ਉਹਨਾਂ ਨੂੰ ਸਟੇ ਜਿਹੜੀ ਬਾਸੀ ਜਾਂ ਖੱਤੀ ਚਲੇ ਗਏ ਸੀ ਪੈਕਿੰਗ ਦੇ ਵਿੱਚ, ਸੋ ਉਸ 'ਤੇ ਅਸੀਂ ਕਾਰਵਾਈ ਕਰਦੇ ਹੋਏ ਅੱਜ ਅਸੀਂ ਇੱਥੇ ਆਏ ਸੀ ਅਤੇ ਉਹਨਾਂ ਦੀ ਕਿਚਨ ਦੀ ਇੰਸਪੈਕਸ਼ਨ ਕੀਤੀ ਹੈ, ਜੋ ਕੁਛ ਖਾਮੀਆਂ ਸੀ ਉਹਨਾਂ ਦਾ ਅਸੀਂ ਉਹਨਾਂ ਨੂੰ ਟੂਰਨਰ ਨੋਟਿਸ ਇਸ਼ੂ ਕੀਤਾ ਔਰ ਨਾਲ ਹੀ ਅਸੀਂ ਜਿਹੜਾ ਹੈ ਇੱਕ ਦਾਲ ਦਾ ਚਨੇ ਦਾ ਹੋਟਲ ਦਾ ਸੈਂਟਰ ਲਿਆ। ਸਰ ਬਾਟਾ ਦੇ ਅੰਦਰ ਤੁਸੀਂ ਦੇਖਿਆ ਉਹ ਸਬਜ਼ੀਆਂ ਪਹਿਲੀਆਂ ਹੋਈਆਂ ਪੁਰਾਣੀਆਂ, ਦੇਖੋ ਵੈਸੇ ਮੈਂ ਸਮੈਲ ਕੀਤੀ ਸੀ ਉਹਨਾਂ ਸਬਜ਼ੀਆਂ ਦੀ, ਸਬਜ਼ੀਆਂ ਦੀ ਸਮੈਲ ਤਾਂ ਠੀਕ ਲੱਗ ਰਿਹਾ ਸੀ ਪਰ ਉਹਨਾਂ ਨੇ ਉਹਦੀ ਪੈਕਿੰਗ ਨਹੀਂ ਦਿੱਤੀ ਸੀ ਵੀ ਕਦੋਂ ਅਸੀਂ ਰੱਖੀ ਹੈ ਕਦੋਂ ਨਹੀਂ, ਸੋ ਇਹਨਾਂ ਨੂੰ ਕਿਹਾ ਕਿ ਅੱਗੇ ਤੋਂ ਪੈਕਿੰਗ ਕਰਕੇ ਰੱਖਿਆ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਪੈਕਿੰਗ ਨਾ ਕਰਨ ਕਰਕੇ ਇਹਨਾਂ ਦਾ ਜਿਹੜਾ ਕੋਈ ਸਟਾਫ ਆ ਉਹ ਪੁਰਾਣੀ ਸਬਜ਼ੀ ਨੂੰ ਤੜਕਾ ਵਗੈਰਾ ਲਗਾ ਕੇ ਅੱਗੇ ਭੇਜ ਦਿੰਦਾ ਅਤੇ ਜਿਹਦੇ ਕਰਕੇ ਇਸ਼ੂਸ ਕ੍ਰੀਏਟ ਹੋ ਜਾਂਦੇ ਆ, ਸੋ ਇਹਨਾਂ ਨੂੰ ਅਸੀਂ ਜਿਹੜਾ ਨੋਟਿਸ ਦੇ ਵਿੱਚ ਲਿਖ ਕੇ ਦਿੱਤਾ ਕਿ ਤੁਹਾਡੀ ਸਾਰੀਆਂ ਦੀ ਜਿਹੜੀ ਸਬਜ਼ੀਆਂ ਦੇ ਉੱਤੇ ਪੈਕਿੰਗ ਹੋਣੀ ਜ਼ਰੂਰੀ ਹੈ। ਜਿਹੜੇ ਸੈਂਪਲ ਲਿਖ ਕੇ ਕਿੰਨੇ ਦਿਨ ਸਾਡੇ ਕੋਲ ਵਿਦਿਨ 14 ਡੇਜ਼ ਉੱਥੋਂ ਡਿਸਪਾਚ ਹੋ ਜਾਂਦੇ ਹਨ ਅਤੇ ਵਿਦਿਨ 20 ਡੇਜ਼ ਸਾਡੇ ਕੋਲ ਰਿਪੋਰਟ ਪਾਉਂਦੇ ਹਨ। ਦੇਖੋ ਇੱਕ ਪ੍ਰੈਸ ਮੀਡੀਆ ਦੇ ਮਾਧਿਅਮ ਦੇ ਨਾਲ ਸਾਨੂੰ ਪਤਾ ਲੱਗਿਆ ਸੀ ਕਿ ਕੋਈ ਉੱਥੇ ਬਾਂਸਲ ਸ਼ਾਹੀ ਬਾਂਸਲ ਇੱਥੇ ਰਸੋਈ ਹੈ ਦਰਬਾਰ ਸਾਹਿਬ ਦੇ ਲਾਗੇ, ਉੱਥੇ ਕੋਈ ਸਬਜ਼ੀ ਨੂੰ ਲੈ ਕੇ ਕੋਈ ਇਸ਼ੂ ਕ੍ਰੀਏਟ ਹੋਇਆ ਸੀ ਕਿ ਕੋਈ ਸਬਜ਼ੀ ਜਿਹੜੀ ਸੀ ਉਹਨਾਂ ਨੂੰ ਸਟੇ ਜਿਹੜੀ ਬਾਸੀ ਜਾਂ ਖੱਤੀ ਚਲੇ ਗਏ ਸੀ ਪੈਕਿੰਗ ਦੇ ਵਿੱਚ, ਸੋ ਉਸ 'ਤੇ ਅਸੀਂ ਕਾਰਵਾਈ ਕਰਦੇ ਹੋਏ ਅੱਜ ਅਸੀਂ ਇੱਥੇ ਆਏ ਸੀ ਅਤੇ ਉਹਨਾਂ ਦੀ ਕਿਚਨ ਦੀ ਇੰਸਪੈਕਸ਼ਨ ਕੀਤੀ ਹੈ, ਜੋ ਕੁਛ ਖਾਮੀਆਂ ਸੀ ਉਹਨਾਂ ਦਾ ਅਸੀਂ ਉਹਨਾਂ ਨੂੰ ਟੂਰਨਰ ਨੋਟਿਸ ਇਸ਼ੂ ਕੀਤਾ ਔਰ ਨਾਲ ਹੀ ਅਸੀਂ ਜਿਹੜਾ ਹੈ ਇੱਕ ਦਾਲ ਦਾ ਚਨੇ ਦਾ ਹੋਟਲ ਦਾ ਸੈਂਟਰ ਲਿਆ। ਸਰ ਬਾਟਾ ਦੇ ਅੰਦਰ ਤੁਸੀਂ ਦੇਖਿਆ ਉਹ ਸਬਜ਼ੀਆਂ ਪਹਿਲੀਆਂ ਹੋਈਆਂ ਪੁਰਾਣੀਆਂ, ਦੇਖੋ ਵੈਸੇ ਮੈਂ ਸਮੈਲ ਕੀਤੀ ਸੀ ਉਹਨਾਂ ਸਬਜ਼ੀਆਂ ਦੀ, ਸਬਜ਼ੀਆਂ ਦੀ ਸਮੈਲ ਤਾਂ ਠੀਕ ਲੱਗ ਰਿਹਾ ਸੀ ਪਰ ਉਹਨਾਂ ਨੇ ਉਹਦੀ ਪੈਕਿੰਗ ਨਹੀਂ ਦਿੱਤੀ ਸੀ ਵੀ ਕਦੋਂ ਅਸੀਂ ਰੱਖੀ ਹੈ ਕਦੋਂ ਨਹੀਂ, ਸੋ ਇਹਨਾਂ ਨੂੰ ਕਿਹਾ ਕਿ ਅੱਗੇ ਤੋਂ ਪੈਕਿੰਗ ਕਰਕੇ ਰੱਖਿਆ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਪੈਕਿੰਗ ਨਾ ਕਰਨ ਕਰਕੇ ਇਹਨਾਂ ਦਾ ਜਿਹੜਾ ਕੋਈ ਸਟਾਫ ਆ ਉਹ ਪੁਰਾਣੀ ਸਬਜ਼ੀ ਨੂੰ ਤੜਕਾ ਵਗੈਰਾ ਲਗਾ ਕੇ ਅੱਗੇ ਭੇਜ ਦਿੰਦਾ ਅਤੇ ਜਿਹਦੇ ਕਰਕੇ ਇਸ਼ੂਸ ਕ੍ਰੀਏਟ ਹੋ ਜਾਂਦੇ ਆ, ਸੋ ਇਹਨਾਂ ਨੂੰ ਅਸੀਂ ਜਿਹੜਾ ਨੋਟਿਸ ਦੇ ਵਿੱਚ ਲਿਖ ਕੇ ਦਿੱਤਾ ਕਿ ਤੁਹਾਡੀ ਸਾਰੀਆਂ ਦੀ ਜਿਹੜੀ ਸਬਜ਼ੀਆਂ ਦੇ ਉੱਤੇ ਪੈਕਿੰਗ ਹੋਣੀ ਜ਼ਰੂਰੀ ਹੈ। ਜਿਹੜੇ ਸੈਂਪਲ ਲਿਖ ਕੇ ਕਿੰਨੇ ਦਿਨ ਸਾਡੇ ਕੋਲ ਵਿਦਿਨ 14 ਡੇਜ਼ ਉੱਥੋਂ ਡਿਸਪਾਚ ਹੋ ਜਾਂਦੇ ਹਨ ਅਤੇ ਵਿਦਿਨ 20 ਡੇਜ਼ ਸਾਡੇ ਕੋਲ ਰਿਪੋਰਟ ਪਾਉਂਦੇ ਹਨ।